स्वागत है किसान वीरों तुहाडा सिद कडेरी फार्मिंग दे विच। किसान वीरों अज जिहड़ी वीडियो बना रहे हैं पिंड संधू कलां ये तपा तहसील ते बरनाले जिले का पिंड पदौड़ तो तपे वाले रोड के उत्ते आउंदा पदौड़े दे बिल्कुल नेड़ है संधू कलां पिंड चो वीडियो बना रहे हैं ते जिहड़े घर चो अज वीडियो बना रहे हैं दोस्तों ये पहली वीडियो वीर कोलों मेरी इतू पहला मैं इस बाई को वीडियो नहीं बनाई सी पर यह वीर भी व्यापार का काम करता है। अज की वीडियो च तीन चार नाग दिखाऊंगा जिदे च सामने जर्सी तुसी देख सकते हो एक क्रॉस ब्रीड दे विच है जर्सी च पैंदी है क्रॉस है इहदे बिना एच एफ तोकड़ ते एक ताजी सूई हुई सो नाग चार तुसी इन्हां चो आपदी पसंद का पशु खरीदना पर तसली आके करना वह थोड़ा हक है थोड़ा अपना काम है मेरा काम थोनू वीडियो च पशु दिखाउण दा आओ बाई तो जानकारी लईए फिर कला कला नाग खोल के तोरांगे बाई सत श्री अकाल जी नाम दस दे जी अपना नाम भरपूर सिंह पिंड संधू कलां जिला बरनाला तहसील तपा जी ठीक है फोन नंबर 99-51-66-7-34 ठीक है ਭਰਪੂਰ ਬਾਈ ਵਪਾਰ ਦਾ ਕੰਮ ਪਹਿਲਾਂ ਤੋਂ ਹੀ ਕਰਦੇ ਆ ਹਾਂਜੀ ਹਾਂ ਪਹਿਲਾਂ ਤੋਂ ਕਰਦੇ ਆ ਬਾਈ ਗਾਵਾਂ ਆਉਂਦੀਆਂ ਕਿ ਮੱਝ ਵੀ ਆ ਗਾਵਾਂ ਵੀ ਆਉਂਦੀਆਂ ਜੀ ਮੱਝਾਂ ਵੀ ਆ ਜਾਂਦੀਆਂ ਤੇ ਕੋਈ ਜ਼ਿਆਦਾ ਆਪਾਂ ਗਾਂਗੇ ਲੈਨੇ ਆ ਜੀ ਠੀਕ ਹੈ ਅੱਜ ਪਹਿਲੇ ਨੰਬਰ ਤੇ ਵੈੜ ਖੜੀ ਹੈ ਬਾਈ ਕਿੰਨਾ ਸੂਆ ਸੂਈ ਇਹ ਦੂਜਾ ਸੂਆ ਸੂਈ ਵੀ ਆ ਜੀ ਦਿਨ ਅੱਜ ਕਿੰਨੇ ਹੋਏ ਇਹਨੂੰ ਮੰਨ ਲਓ ਵੀ 12-13 ਦਿਨ ਹੋਏ ਆ ਸੂਈ ਨੂੰ 20 ਕਿਲੋ ਤੋਂ ਤਿਆਰ ਆ 20 ਕਿਲੋ ਦੁੱਧ ਹੈਗਾ 12-13 ਦਿਨਾਂ ਦੀ ਸੂਈ ਥੱਲੇ ਬੱਚਾ ਵੱਛਾ ਨਾਲ ਬੱਚਾ ਜੀ ਮਗਰ ਬੱਚਾ ਕੀ ਰੇਟ ਰੱਖੋਗੇ ਭਰਪੂਰ ਬਾਈ ਇਹਦਾ 95,000 ਤੋਰਿਓ ਬਾਈ ਸੋ ਦੋਸਤੋ ਡਿਮਾਂਡ 95,000 ਦੀ 20 ਕਿਲੋ ਦੁੱਧ ਹਾਜ਼ਰ ਹੈ 10-12 ਦਿਨ ਅੱਜ ਸੂਈ ਨੂੰ ਹੋ ਗਏ ਆ ਦੂਜਾ ਸੂਆ ਚੰਗੇ ਕੱਦ ਘਾਟ ਦੀ ਐਚ ਐਫ ਏ ਵੈੜ ਹਵਾਨਾ ਤੁਸੀਂ ਤੁਰਦੀ ਤੋਂ ਦੇਖ ਸਕਦੇ ਹੋ ਹਾਈਟ ਲੈਂਥ ਦਾ ਅੰਦਾਜ਼ਾ ਵੀ ਵੀਡੀਓ 'ਚੋਂ ਪ੍ਰੋਪਰ ਲੱਗਦਾ ਦੋਸਤੋ ਕਿੰਨੇ ਕੁ ਕੱਦ ਘਾਟ ਦੀ ਹੈ ਉਹ ਵੀ ਤੁਹਾਨੂੰ ਕਲੀਅਰ ਹੋ ਜਾਣਾ ਵੀਡੀਓ ਦੇ ਵਿੱਚੋਂ ਹੀ ਬਾ ਮੋੜ ਲਓ ਬਾਈ ਸੋ ਇਹ ਪਹਿਲੇ ਨੰਬਰ 'ਤੇ ਰੇਟ ਇਹਦਾ 95,000 ਵੀਰ ਨੇ ਕੀਤਾ ਬਾਕੀ ਜਦੋਂ ਗੱਲਬਾਤ ਕਰਦੇ ਹੋ ਤਾਂ ਮਾਨ ਤਾਣ ਹੋ ਜਾਂਦਾ ਹੁੰਦਾ ਕਿਉਂਕਿ ਰੇਟ ਫਿਕਸ ਨਹੀਂ ਹੁੰਦਾ ਥਨ ਦਾ ਸਹਿਜ ਹੱਥੀ ਚਵਾਈ ਵਾਲਾ ਜਿਹੜਾ ਢਾਂਚਾ ਉਹ ਤੁਸੀਂ ਦੇਖ ਸਕਦੇ ਹੋ ਸੋ ਇਹ ਰੁੱਖ ਆ ਦੋਸਤੋ ਇਹਦੇ ਹਵਾਨੇ ਦਾ ਇਸ ਟਾਈਮ ਤੁਸੀਂ ਇਹਦੇ ਥਣ ਵੀ ਦੇਖ ਸਕਦੇ ਹੋ ਅਤੇ ਢਾਂਚਾ ਵੀ ਦੇਖ ਸਕਦੇ ਹੋ ਸੋ ਦੁੱਧ ਇਸ ਟਾਈਮ 20 ਕਿਲੋ ਆ ਬਾਕੀ ਸੇਵਾ ਦੇ ਨਾਲ ਦੋਸਤੋ ਤੁਸੀਂ ਕਿੰਨਾ ਚੋਗੇ ਡਿਪੈਂਡ ਕਰੂਗਾ ਇੱਕ ਤੋਕੜ ਗਾਂ ਬਾਈ ਕੋਲ ਇਦੂ ਅੱਗੇ ਜਿਹੜੀ ਇਹ ਤੋਕੜ ਆ ਬਾਈ ਕਿੰਨਾ ਇਹ ਗੱਬਣ ਹੈਗੀ ਹੈ ਕਿ ਨਹੀਂ ਹੈ ਇਹ ਨਹੀਂ ਜੀ ਮੰਨ ਲਓ ਵੀ ਆਪਣੀ ਖਰੀਦੀ ਵੀ ਅਗਲੇ ਨੇ ਦੱਸਿਆ ਆਪਾਂ ਖਾਲੀ ਕਰਕੇ ਦੇਣੀ ਹੈ ਖਾਲੀ ਕਹਿ ਕੇ ਦੇਣੀ ਹੈ ਹਾਂਜੀ ਹਾਂਜੀ ਉਹਨਾਂ ਨੇ ਕਿੰਨੇ ਚਿਰ ਦੀ ਵੈਸੇ ਕਿਹਾ ਉਹਨਾਂ ਨੇ ਮੰਨ ਲਓ ਵੀ ਇਹ ਮਹੀਨੇ ਉੱਪਰੋਂ ਦੱਸਿਆ ਉਹਨਾਂ ਨੇ ਵੀ 34-35 ਦਿਨ ਹੋ ਗਏ ਟੀਕਾ ਜਿਹੜੀ ਆਪਣੇ ਵੱਲੋਂ ਖਾਲੀ ਸਮਝ ਲਿਆ ਅਗਲਾ ਹਾਂਜੀ ਆਪਣੇ ਵੱਲੋਂ ਸੂਆ ਕਿੰਨਾ ਹੋ ਗਈ ਦੂਜਾ ਸੂਆ ਜੀ ਇਹਦਾ ਦੁੱਧ ਹੁਣ ਕਿੰਨਾ ਦੇ ਰਹੀ ਹੁਣ ਦੋ 10 ਕਿਲੋ ਆਪਣੇ ਕੋਲੋਂ ਤੋੜ ਕੇ ਲੈ ਸਕਦਾ 10 ਕਿਲੋ ਦੋਹਾਂ ਟਾਈਮਾਂ ਦਾ ਹੈਗਾ ਹਾਂਜੀ ਹਾਂਜੀ ਰੇਟ ਕੀ ਰੱਖੋਗੇ ਦਾ ਰੇਟ ਇਹਦਾ 32,000 ਹੈ ਖੋਲ ਰੇਟ 32,000 34-35 ਦਿਨਾਂ ਦੀ ਵੀਰ ਕਹਿੰਦਾ ਜਿਨ੍ਹਾਂ ਤੋਂ ਖਰੀਦੀ ਉਹਨਾਂ ਨੇ ਕਿਹਾ ਵੀ ਗੱਬਣ ਖਾਲੀ ਸਮਝ ਕੇ ਸੌਦਾ ਕਰ ਲਿਓ ਗੱਬਣ ਨਿਕਲੂਗੀ ਤਾਂ ਤੁਹਾਡੀ ਕਿਸਮਤ ਹੈ ਖਾਲੀ ਨਿਕਲਦੀ ਹੈ ਤੇ ਇਹਦਾ ਤੁਸੀਂ ਇੰਪੋਰਟਰ ਵਗੈਰਾ ਚਾਰ ਕੇ ਗੱਬਣ ਕਰਵਾ ਸਕਦੇ ਹੋ ਦੂਜਾ ਸੂਆ ਸੂਈ ਹੈ ਥਾਣਾ ਦੀ ਸੋਹਣੀ ਹੈ ਹਵਾਨਾ ਵੀ ਚੰਗਾ 10 ਕਿਲੋ ਦੁੱਧ ਦੇ ਰਹੀ ਹੈ ਦੋਸਤੋ ਮੋੜ ਲਓ ਬਾਈ ਮੀਡੀਅਮ ਹਾਈਟ ਦੇ ਵਿੱਚ ਹੈ ਢਾਂਚਾ ਜਿਹੜਾ ਉਹ ਚੌੜਾ ਹੈ ਕੱਦ ਦਰਮਿਆਨਾ ਦੁੱਧ ਇਹਦੇ ਥੱਲੇ ਇਸ ਟਾਈਮ ਦੋਵਾਂ ਟਾਈਮਾਂ ਦਾ 10 ਕਿਲੋ ਇੱਥੋਂ ਤੋਲ ਕੇ ਤੁਸੀਂ ਲੈ ਸਕਦੇ ਹੋ ਰੇਟ ਇਹਦਾ ਜਿਹੜਾ ਵੀਰ ਨੇ ਰੱਖਿਆ ਦੋਸਤੋ ਉਹ 32,000 ਹੈ ਜਿਹਨੂੰ ਪਸੰਦ ਆਵੇ ਤਾਂ ਸੰਪਰਕ ਕਰਿਓ ਤੁਸੀਂ ਸੋ ਇਹ ਦੋ ਗਾਵਾਂ ਤੁਹਾਨੂੰ ਐਚ ਐਫ 'ਚ ਦਿਖਾ ਦਈਆਂ ਇਸ ਤੋਂ ਬਾਅਦ 'ਚ ਦੋਸਤੋ ਦਿਖਾਉਣੇ ਆ ਤੁਹਾਨੂੰ ਇੱਕ ਕ੍ਰੋਸ ਬਰੀਡ 'ਚ ਪੈਂਦੀ ਵੱਡੇ ਕੱਦ ਕਾਠ ਵਾਲੀ ਜਰਸੀ 'ਚ ਮਿਕਸ ਲੱਗਦੀ ਹੈ ਚੰਗੇ ਥਣ ਹਵਾਨੇ ਦੀ ਗਾਂ ਇਹਦੇ ਬਾਰੇ ਵੀ ਜਾਣਕਾਰੀ ਲੈਣੀ ਆਪਾਂ ਥੋੜੀ ਜਿਹੀ ਇਹਨੂੰ ਕ੍ਰੋਸ ਕਹਿ ਲੈਣੇ ਆ ਹੈ ਮੰਨ ਲਓ ਵੀ ਇਹ ਪੰਜਾਬ ਵਾਲੀ ਜਰਸੀ ਐਸ ਆਰ ਜਿਹੜੀ ਐਸ ਆਰ ਦਾ ਟੀਕਾ ਠੀਕ ਹੈ ਪੂਰੇ ਦੇ ਗਿਰਦਾ ਟੀਕਾ ਲੱਗਾ ਬਹੁਤ ਚੰਗੇ ਬੱਚੇ ਠੀਕ ਹੈ ਕਿੰਨਵਾਂ ਸੂਆ ਸੂਗੀ ਇਹ ਦੂਜਾ ਸੂਆ ਸੂਗੀ ਦੂਜਾ ਸੂਆ ਸੂਗੀ ਠੀਕ ਹੈ ਦਿਨ ਕਿੰਨੇ ਕਿਲੇ ਜੀ ਦਿਨ ਇਹਦੇ ਮੰਨ ਲਓ ਵੀ 7 ਤਰੀਕ ਨੂੰ ਪੂਰੇ ਹੁੰਦੇ ਆ 7 ਤਰੀਕ ਨੂੰ ਅੱਜ 1 ਤਰੀਕ ਆ 6 ਦਿਨ ਪਏ ਹਾਂ 6 ਦਿਨ ਬਾਕੀ ਆ ਬਾਕੀ 2-4 ਦਿਨ ਪਸ਼ੂ ਉੱਤੇ ਲੈ ਜਾਂਦਾ ਠੀਕ ਹੈ ਰੇਟ ਕੀ ਰੱਖਾਂਗੇ ਦਾ ਦੋਤੇ ਦਾ ਪਹਿਲੇ ਸੂਏ ਦਾ ਦਿੱਤਾ 26 ਠੀਕ ਹੈ ਰੇਟ ਕੀ ਰੱਖਾਂਗੇ ਦਾ ਰੇਟ ਇਹਦਾ ਵੀ 95,000 ਹੀ ਹੈ ਖੋਲੀ ਮੈਂ ਵੱਡੀ ਗਾਂ ਦੱਸੋ ਰੰਗ ਰੂਪ ਵੀ ਸੋਹਣਾ ਪਿੱਠ ਪੁੜਾ ਵੀ ਚੰਗਾ ਥਣ ਬਹੁਤ ਸੋਹਣਾ ਇਹਦਾ ਕੱਦ ਵੀ ਚੰਗਾ ਵੈੜ ਦਾ ਤੁਸੀਂ ਵੇਲ ਦੇਖ ਸਕਦੇ ਹੋ ਹਵਾਨੇ 'ਚ ਹਜੇ ਸਪੇਸ ਬਹੁਤ ਪਈ ਹੈ 6-7 ਦਿਨ ਦੱਸੋ ਪਏ ਆ ਦਿਨ ਪੂਰੇ ਹੋਣ 'ਚ ਕੁਛ ਦਿਨ ਪਸ਼ੂ ਉੱਤੇ ਲੈ ਜਾਂਦਾ ਕਿਉਂਕਿ ਸੰਭਾਲੀ ਚੰਗੀ ਹੈ ਜਿਹੜੇ ਵੀ ਘਰ ਤੋਂ ਵੀਰ ਨੇ ਖਰੀਦੀ ਹੈ ਥਣ ਦਾ ਸਹਿਜ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਇੱਦਾਂ ਦਾ ਇਹਦਾ ਢਾਂਚਾ ਹੈ ਮੋੜ ਲਓ ਬਾਈ ਚੰਗੇ ਵਜਨ ਵਾਲੀ ਗਾਂ ਬਹੁਤ ਸੋਹਣਾ ਰੰਗ ਰੂਪ ਹੈ
ਇਦਾਂ ਦੀਆਂ ਗਾਵਾਂ ਤੋਂ ਜਰਸੀ ਬੱਚੇ ਬਹੁਤ ਚੰਗੇ ਆਉਂਦੇ ਆ। ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਕਈ ਵੀਰ ਫੋਨ ਲਾਉਂਦੇ ਆ ਜਰਸੀ ਬਰੀਡ ਤਿਆਰ ਕਰਨੀ ਚਾਹੁੰਦੇ ਆ, ਤੇ ਇਦਾਂ ਦੀ ਗਾਂ ਤੇ ਤੁਸੀਂ ਐਕਸਪੈਰੀਮੈਂਟ ਕਰ ਸਕਦੇ ਹੋ, ਚੰਗਾ ਸੀਮਨ ਜਰਸੀ ਦਾ ਲਵਾ ਕੇ। ਡਿਮਾਂਡ 95,000 ਹੈ ਇਹਦੀ। ਹਵਾਨਾ ਹਜੇ ਦੋਸਤੋ ਸਪੇਸ ਬਹੁਤ ਪਈ ਹੈ, ਪਿਛਾਂਹ ਨੂੰ ਵੀ ਚੰਗਾ ਖੁੱਲੂਗੀ, ਅੱਗੇ ਨੂੰ ਵੀ ਹਵਾਨਾ ਚੰਗਾ ਦਿਸਦਾ, ਇੱਥੋਂ ਤੁਸੀਂ ਦੇਖ ਸਕਦੇ ਹੋ। ਇਹਦੂ ਬਾਅਦ 'ਚ ਇੱਕ ਜਰਸੀ ਗਾਂ, ਇਹ ਕਹਿਣਾ ਸੂਆ ਸੋਨਾ ਬਾਈ ਨੇ, ਇਹਨੇ ਬਾਈ ਤੀਜਾ ਸੂਆ ਸੋਨਾ। ਦਿਨ ਕਿੰਨੇ ਕੁ ਲਏ ਜੀ? ਦਿਨ ਇਹਦੇ ਮੰਨ ਲਓ ਵੀ ਸਵੇਰੇ ਪੂਰੇ ਆ, ਦੋ ਚਾਰ ਦਿਨ ਵੱਧ ਲਏ ਤਾਂ ਕਹਿ ਨਹੀਂ ਸਕਦੇ। ਪਿਛਲੇ ਸੂਏ ਮੰਨ ਲਓ ਵੀ ਆਪਣੇ ਕੋਲੋਂ ਹੀ ਗਈ ਆ, ਥੋੜੀ ਜਿਹੀ ਬੰਦੇ ਨੇ ਸਾਂਭੀ ਘੱਟ ਹੈ। ਪਿਛਲੇ ਸੂਏ ਦਾ 18 ਕਿਲੋ ਦੁੱਧ ਸੀ। ਠੀਕ ਹੈ। ਅੱਛਾ ਇਹਦਾ ਰੇਟ ਕੀ ਰੱਖੋਗੇ ਪ੍ਰਮੋਦ ਬਾਈ? ਇਹਦਾ ਰੇਟ ਜੀ 45,000 ਰੁਪਏ ਤੋਰੇ ਹੋ। ਰੇਟ 45,000 ਹੈ ਇਸ ਵਾਰ ਬਾਈ ਦੱਸਦਾ ਵੀ ਸੰਭਾਲੀ ਪਿਛਲੀ ਵਾਰ ਨਾਲੋਂ ਥੋੜੀ ਘੱਟ ਹੈ, ਜਿੰਨਾ ਕੋਲੋਂ ਆਈ ਹੈ। ਜਰਸੀ ਬਰੀਡ ਹੈ, ਕੱਦ ਛੋਟੇ ਚ ਦੱਸੋ ਤੇ ਵਜਨ ਜਿਹੜਾ ਹੈਗਾ ਉਹ ਤੁਹਾਡੇ ਸਾਹਮਣੇ ਵੀਡੀਓ ਚੋਂ ਵੀ ਦਿਸਦਾ ਕਿੰਨਾ ਕੁ ਹੈ। ਹਵਾਨਾ ਚੰਗਾ ਤਿਆਰ ਕਰੀ ਬੈਠੀ ਹੈ, ਬਾਕੀ ਹਜੇ ਦਿਨ ਲਊਗੀ, ਪੁੜੇ ਨਵਾਏ ਵੇ ਹੈ, ਦਿਨ 2-4 ਹੀ ਲਊਗੀ ਹੁਣ ਇਸ ਸੂਨ ਦੇ ਵਿੱਚ। ਇੱਦਾਂ ਦਾ ਇਹਦਾ ਸਟਰਕਚਰ ਹੈ, ਬਾਕੀ ਹਾਈਟ ਲੈਂਥ ਦਾ ਅੰਦਾਜ਼ਾ ਤੁਸੀਂ ਵੀਡੀਓ ਚੋਂ ਲਾ ਸਕਦੇ ਹੋ। ਮੋੜ ਲਓ ਬਾਈ, ਤੀਜਾ ਸੂਆ ਬਾਈ ਦੱਸਦਾ ਸੂਣਾ ਹੈ, ਠੰਡੀ ਸੀਲ ਫੁੱਲ ਹੈ ਵੀ ਚੋਈ ਜਾਵੇ, ਦੁੱਧ ਦੀ ਫੈਟ ਫੂਡ ਬਹੁਤ ਚੰਗੇ, ਦੁੱਧ ਦੀ ਚੋਣ ਚਾਣ ਦੀ ਬਥੇਰੀ ਸਾਫ ਹੈ। ਠੀਕ ਹੈ, ਮੋੜੋ ਪਈ ਤੁਹਾਨੂੰ ਕਿਉਂ ਆਪਾਂ ਇਹਦੀ ਇਸ ਕਰਕੇ ਗਰੰਟੀ ਦਿੰਦੇ ਆਪਣੇ ਕੋਲੋਂ ਗਈ ਵੀ ਅੱਗੇ ਸਲਾਹ ਸੂਆ। ਠੀਕ ਹੈ, ਪਿਛਲੇ ਸੂਏ ਬਾਈ ਕਹਿੰਦਾ ਵੀ ਕੋਲੋਂ ਗਈ ਹੈ, ਇਸ ਕਰਕੇ ਇਹਦੀ ਸਲੋਤ ਵੀਰ ਕਰ ਰਿਹਾ। ਥੰਦਾ ਸਹਿਜ ਇਹਦਾ ਵੀ ਸੋਹਣਾ, ਬਾਕੀ ਜਿਹੜਾ ਸਹੀ ਮਹੀਨੇ 'ਚ ਜਿਹਨੇ ਵੀ ਪਸ਼ੂ ਖਰੀਦਣਾ ਹੁੰਦਾ ਉਹ ਆ ਕੇ ਆਪ ਦੇਖੇ ਉਹਨੂੰ ਢਾਂਚਾ ਕਿੱਦਾਂ ਦਾ ਲੱਗਦਾ, ਉਹਨੂੰ ਜੱਚਦਾ, ਤਾਂ ਫਿਰ ਜਿਹੜਾ ਉਹਨੇ ਆਪ ਜੱਜਮੈਂਟ ਕਰਕੇ ਸੌਦਾ ਕਰਨਾ ਹੁੰਦਾ। ਵੀਡੀਓ ਦੇ ਵਿੱਚ ਤੁਹਾਨੂੰ ਕੋਸ਼ਿਸ਼ ਹੁੰਦੀ ਹੈ ਦੋਨਾਂ ਸਾਈਡ ਤੋਂ ਪਸ਼ੂ ਦਿਖਾਇਆ ਜਾਵੇ, ਸੋ ਉਸ ਤਰੀਕੇ ਦੇ ਨਾਲ ਤੁਹਾਨੂੰ ਅੱਜ 4 ਨਾਗ ਦਿਖਾਏ ਹੈ, ਤੁਸੀਂ ਇਹਨਾਂ 'ਚੋਂ ਆਪਦੀ ਪਸੰਦ ਦਾ ਪਸ਼ੂ ਖਰੀਦ ਸਕਦੇ ਹੋ। ਬਹੁਤ ਮਿਹਰਬਾਨੀ ਦੋਸਤੋ ਵੀਡੀਓ ਦੇਖਣ ਵਾਸਤੇ।